ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਆਪਾਂ ਸਭ ਜਾਣਦੇ ਹਾਂ ਕਿ ਕੁੱਤਾ ਕਿੰਨਾ ਵਫਾਦਾਰ ਹੁੰਦਾ ਪਰ ਉਸਦੇ ਹੋਰ ਵੀ ਬਹੁਤ ਗੁਣ ਹੁੰਦੇ ਨੇ ਜੋ ਮਨੁੱਖ ਨੂੰ ਪਤਾ ਹੋਣੇ ਚਾਹੀਦੇ ਨੇ ਜੇ ਆਪਾਂ ਨੂੰ ਇਹ ਪਤਾ ਹੁੰਦੇ ਤਾਂ ਆਪਾਂ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਸਫਲ ਤੇ ਕਾਮਯਾਬ ਹੁੰਦੇ ਪੈਸੇ ਵੀ ਕਮਾਉਂਦੇ ਤੇ ਖੁਸ਼ ਵੀ ਰਹਿੰਦੇ ਪਰ ਸਭ ਤੋਂ ਪਹਿਲੀ ਗੱਲ ਆਪਾਂ ਨੂੰ ਉਸ ਤੋਂ ਸੰਤੁਸ਼ਟੀ ਸਿੱਖਣੀ ਚਾਹੀਦੀ ਹੈ ਥੋੜੀ ਜ਼ਿਆਦਾ ਸੰਤੁਸ਼ਟ ਹੁੰਦਾ ਉਹਨੂੰ ਜਿੰਨੀ ਜ਼ਿਆਦਾ ਭੁੱਖ ਲੱਗੀ ਹੋਵੇਗੀ ਨਾ ਆਪਾਂ ਚੋ ਵੀ ਪਾਉਨੇ ਆ ਉਸ ਨਾਲ ਹੀ ਆਪਣਾ ਢਿੱਡ ਪਰ ਲੈਂਦਾ ਤੇ ਇਹੀ ਚੀਜ਼ ਆਪਾਂ ਨੂੰ ਵੀ ਸਿੱਖਣੀ ਚਾਹੀਦੀ ਆਪਾਂ ਮਨੁੱਖ ਕਦੇ ਵੀ ਜ਼ਿੰਦਗੀ 'ਚ ਕਿਸੇ ਚੀਜ਼ ਤੋਂ ਵੀ ਸੰਤੁਸ਼ਟ ਨਹੀਂ ਹੋ ਪਾਉਂਦੇ ਆਪਾਂ ਪੈਸਾ ਕਮਾਉਨੇ ਆ ਪਰ ਪਿੱਛੇ ਕਈ ਵਾਰ ਐਵੇਂ ਦੇ ਕੰਮ ਕਰ ਜਾਂਦੇ ਆ ਜੋ ਆਪਾਂ ਨੂੰ ਨਹੀਂ ਕਰਨੇ ਚਾਹੀਦੇ ਆਪਾਂ ਹਰੇਕ ਕੰਮ ਨੂੰ ਬੜੀ ਜਲਦੀ ਕਰਨਾ ਚਾਹੁੰਨੇ ਆਪਣੇ ਅੰਦਰ ਸਹਿਨਸ਼ੀਲਤਾ ਤਾਂ ਜਮਾ ਹੈ ਨਹੀਂ ਵੀ ਆਪਾਂ ਨੂੰ ਹੁੰਦਾ ਹੈ ਰਾਤੋਂ ਰਾਤ ਕੁਝ ਮਿਲ ਜਾਏ ਪਰ ਆਪਾਂ ਸੰਤੁਸ਼ਟ ਰਹਿਣਾ ਜਮਾ ਨਹੀਂ ਸਿੱਖਦੇ ਤੇ ਆਪਾਂ ਨੂੰ ਸਭ ਤੋਂ ਪਹਿਲਾ ਗੁਣ ਉਹ ਸਭ ਤੋਂ ਸੰਤੁਸ਼ਟ ਰਹਿਣਾ ਸਿੱਖਣਾ ਚਾਹੀਦਾ ਹੈ। ਆਬ ਇਹ ਨਹੀਂ ਵੀ ਤੁਸੀਂ ਜ਼ਿੰਦਗੀ ਵਿੱਚ ਅੱਗੇ ਨਾ ਵਧੋ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਕੰਮ ਨੂੰ ਕਰਨ ਦਾ ਸਹੀ ਸਮਾਂ ਕਿਹੜਾ ਹੈ। ਕਦੇ ਗੌਰ ਦੇ ਨਾਲ ਬਿੱਲੀ ਵੱਲ ਵੇਖਿਆ ਇੱਕ ਝਾਤ ਮਾਰਾਂਗੇ ਤਾਂ ਆਪਾਂ ਵੇਖਾਂਗੇ ਉਹ ਪਤਾ ਨਹੀਂ ਬੜਾ ਥੋੜਾ ਥੋੜਾ ਜਿਹਾ ਜਲ ਪੀਂਦੀ ਕਿਉਂਕਿ ਉਹ ਸਬਰ ਤੇ ਸੰਤੋਖ ਨੂੰ ਸਮਝਦੀ ਹੈ। ਫਿਰ ਦੂਜੀ ਗੱਲ ਚੌਕੰਨਾ ਰਹਿਣਾ ਹਰ ਸਮੇਂ ਚੌਕੰਨਾ ਰਹਿਣਾ ਉਹ ਸੁੱਤੇ ਹੋਏ ਵੀ ਖੜਾਕ ਨਾਲ ਉੱਠ ਵੇਖਦਾ ਹੈ ਵੀ ਕੌਣ ਸੀ ਉਹ ਜਿੰਨੀ ਮਰਜ਼ੀ ਗੂੜੀ ਨੀਂਦ ਵਿੱਚ ਹੋਏ ਹਮੇਸ਼ਾ ਖੜਾਕ ਪੈਰਾਂ ਦੀ ਆਵਾਜ਼ ਨਾਲ ਉਹ ਉੱਠ ਖੜਦਾ ਆਪਾਂ ਨੂੰ ਹਰ ਸਮੇਂ ਚੌਕੰਨਾ ਰਹਿਣਾ ਚਾਹੀਦਾ ਹੈ ਕੰਮ ਜ਼ਿੰਦਗੀ ਵਿੱਚ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਕੀ ਫੈਸਲਾ ਠੀਕ ਹੈ ਕਿ ਨਹੀਂ ਹੈ ਇਹ ਗਲਤ ਤਾਂ ਨਹੀਂ ਹਮੇਸ਼ਾ ਚੌਕੰਨੇ ਰਹੋ ਨਹੀਂ ਤਾਂ ਬਾਅਦ ਵਿੱਚ ਹਮੇਸ਼ਾ ਪਛਤਾਉਣਾ ਪੈ ਸਕਦਾ ਫਿਰ ਗੱਲ ਆਉਂਦੀ ਹੈ ਵਫਾਦਾਰੀ ਦੀ ਕੁੱਤਾ ਹਮੇਸ਼ਾ ਆਪਣੇ ਮਾਲਕ ਨਾਲ ਵਫਾਦਾਰੀ ਨਿਭਾਉਂਦਾ ਹੈ ਆਪਣੇ ਮਾਲਕ ਤੇ ਕੋਈ ਵੀ ਮੁਸੀਬਤ ਆਉਣ ਤੇ ਖੁਦ ਅੱਗੇ ਹੋ ਜਾਂਦਾ ਹੈ ਆਏ ਦਿਨ ਆਪਾਂ ਫੋਨ ਤੇ ਕਿੰਨੀਆਂ ਸਾਰੀਆਂ ਵੀਡੀਓ ਦੇਖਦੇ ਆਂ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ ਉਹ ਹਰ ਥਾਂ ਉਸ ਦਾ ਸਾਥ ਦਿੰਦਾ ਆਪਾਂ ਅੰਜ ਛੇਤੀ ਫੋਨ ਕੱਢ ਰਿਕਾਰਡ ਕਰ ਲਈਏ ਮਦਦ ਅਗਲੇ ਦੀ ਬਾਅਦ ਚੋਂ ਕਰ ਲਵਾਂਗੇ ਅੱਜ ਆਪਾਂ ਆਪਣੇ ਅੰਦਰ ਵਾਲੇ ਮਨੁੱਖ ਨੂੰ ਮਾਰ ਬੈਠੇ ਫਿਰ ਗੱਲ ਆਉਂਦੀ ਹੈ ਸਾਹਸ ਦੀ ਵੀਰਤਾ ਦੀ ਨੀਡਰਤਾ ਦੀ ਉਹ ਹਮੇਸ਼ਾ ਨੀਡਰ ਹੋ ਕੇ ਡਟ ਕੇ ਅਗਲੇ ਦਾ ਸਾਹਮਣਾ ਕਰਦਾ ਆਪਾਂ ਅਜ ਆਪਣੇ ਆਪ ਨੂੰ ਛੋਟਾ ਸਮਝੀ ਜਾਂਦੇ ਆਂ ਅਗਲੇ ਨਾਲ ਤੁਲਨਾ ਕਰਕੇ ਵੀ ਮੇਰੇ ਤੋਂ ਨਹੀਂ ਹੋਣਾ ਇਹ ਤੇ ਐਵੇਂ ਐ ਦੇ ਕੋਲ ਆ ਹੈ ਤੇ ਆਪਣੇ ਆਪ ਨੂੰ ਛੋਟਾ ਅੰਦਰੋਂ ਹੀ ਅੰਦਰ ਮੰਨੀ ਜਾਂਦੇ ਆਂ ਤੇ ਫਿਰ ਦੁਖੀ ਹੁੰਨੇ ਆ ਪਹਿਲਾਂ ਆਪਣੀ ਕਦਰ ਆਪ ਕਰੀਏ ਫਿਰ ਲੋਕ ਵੀ ਕਰਨਗੇ ਇਹ ਚਾਰ ਗੁਣ ਸਿੱਖੀਏ ਤੇ ਚਾਰ ਗੁਣ ਹੀ ਆਪਾਂ ਨੂੰ ਜ਼ਿੰਦਗੀ ਵਿੱਚ ਜੋ ਹੈ ਨਾ ਫਰਸ਼ ਤੋਂ ਅਰਸ਼ਾਂ ਤੱਕ ਲੈ ਕੇ ਜਾ ਸਕਦੇ ਨੇ ਫਿਰ ਆਓ ਅੱਜ ਤੋਂ ਇਹ ਚਾਰ ਗੁਣ ਆਪਣੇ ਅੰਦਰ ਲੈ ਕੇ ਆਈਏ